ਦਰ ਵਲੋਂ ਪਿਛੇ ਬੈਠ ਕੇ ਸੱਦੇ ਤੇ ਜਵਾਬ ਵਜਿਖਿਸਤਾਨ ਸਯੁਕਤ ਮੋਰਚਾ ਵੱਲੋਂ ਪੇਚਿਆ ਗਿਆ ਸਰਕਾਰ ਨੂੰ ਪੱਤਰ ਪੱਤਰ ਵਿੱਚ ਦੁਹਰਾਇਆ ਗਿਆ ਗੱਲਬਾਤ ਲਈ ਚਾਰ ਸੂਤਰੀ एजेंडा ਚਾਰ ਸੂਤਰੀ एजेंडे ਵਿੱਚ ਸਭ ਤੋਂ ਉੱਤੇ ਹੈ ਕਾਨੂੰਨ ਉਰਦ ਕਰਨ ਸੰਬੰਧੀ ਗੱਲਬਾਤ ਐਮਐਸਪੀ ਤੇ ਕਾਨੂੰਨ ਬਣਾਉਣ ਦਾ एजेंडा ਦੂਜੇ ਨੰਬਰ ਤੇ ਰੱਖਿਆ ਗਿਆ ਹੈ ਬਦਾਲੀ ਆਰਡੀਨੈਂਸ ਵਿੱਚ ਕਿਸਾਨਾਂ ਤੇ ਜੁਰਮਾਨੇ ਦਾ ਮੁੱਦਾ ਤੇ ਬਿਜਲੀ ਸੋਧ ਆਰਡੀਨੈਂਸ ਨੂੰ ਵਾਪਸ ਲੈਣ ਤੇ ਗੱਲਬਾਤ ਵੀ एजेंडे ਵਿੱਚ ਸ਼ਾਮਲ ਕੀਤੀ ਗਈ ਹੈ ਉਨਾ ਕਿਆ ਕੀ ਪ੍ਰਸੰਗਿਕ ਤੇ ਤਰਕਪੂਰਨ ਹੱਲ ਲਈ ਜ਼ਰੂਰੀ ਹੈ ਕਿ ਸਾਡੀ ਗੱਲਬਾਤ ਇਸੇ ਏਜੰਡੇ ਤੇ ਚੱਲੇ ਤਾਂ ਕਿਸਾਨਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਇਹ ਚਾਰ ਜਿਹੜੇ ਸੂਤਰ ਨੇ ਏਜੰਡੇ ਵਿੱਚ ਜੋ ਸ਼ਾਮਲ ਕੀਤੇ ਗਏ ਨੇ ਇਹ ਚਾਰ ਗੱਲਾਂ ਇਸੇ ਕੇਂਦਰ ਸਰਕਾਰ ਗੌਰ ਕਰੇ ਤਾਂ ਹੀ ਕੋਈ ਸਹਿਮਤੀ ਗੱਲਬਾਤ ਦੇ ਜ਼ਰੀਏ ਕੇਂਦਰ ਸਰਕਾਰ ਤੇ ਕਿਸਾਨ ਜਥੇਬੰਦੀਆਂ ਵਿਚਾਲੇ ਬਣ ਸਕਦੀ ਹੈ ਚਿੱਠੀ ਵਿੱਚ 30 ਦਸੰਬਰ ਨੂੰ ਗੱਲਬਾਤ ਦਾ ਸੱਦਾ ਕਬੂਲ ਕਰਨ ਦੀ ਗੱਲ ਆਖੀ ਗਈ ਹੈ ਕਿ ਕਿਸਾਨਾ ਵੱਲੋਂ

ਤਤਿੰਨ ਕੇਂਦਰੀ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਲਈ ਆਪਣੀ ਜਾਣ ਵਾਲੀ અપnai ਜਾਣ ਵਾਲੀ ਪ੍ਰਕਿਰਿਆ ਨੂੰ ਲੈ ਕੇ ਇੱਥੇ ਜਿਹੜਾ ਜ਼ਿਕਰ ਹੈ ਉਹ ਕੀਤਾ ਗਿਆ ਹੈ ਕਿਸਾਨਾਂ ਦੇ ਵੱਲੋਂ ਤੇ ਚਿੱਠੀ ਵਿੱਚ ਦੁਹਰਾਇਆ ਗਿਆ ਹੈ ਕਿ ਗੱਲਬਾਤ ਲਈ ਚਾਰ ਸੂਤਰੀ এজੰਡਾ ਅਹਿਮ ਹੈ isi ਅਜੰਡੇ ਤੇ ਗੱਲਬਾਤ ਦੇ ਜ਼ਰੀਏ ਹੀ ਕੋਈ ਸਹਿਮਤੀ ਬਣ ਸਕਦੀ ਹੈ ਚਾਰ ਸੂਤਰੀ ਅਜੰਡੇ ਵਿੱਚ ਸਭ ਤੋਂ ਉੱਤੇ ਹੈ ਕਾਨੂੰਨ ਰੱਦ ਕਰਨ ਦੀ ਗੱਲਬਾਤ ਸਭ ਤੋਂ ਪਹਿਲੀ ਮੰਗ ਇਹ ਹੈ ਕਿ ਕਿਸਾਨ ਅਦਿ ਕੀ ਕੇਂਦਰ ਸਰਕਾਰ ਕਾਨੂੰਨ ਰੱਦ ਕਰੇ ਦੂਜਾ ਕਿ ਐਮਐਸਪੀ ਤੇ ਕਾਨੂੰਨ ਬਣਾਉਣ ਦਾ ਅਜੰਡਾ ਦੂਜੇ ਨੰਬਰ ਤੇ ਰੱਖਿਆ ਗਿਆ ਕਿ ਕਿਸਾਨਾ ਵੱਲੋਂ ਇਸ ਤੋਂ ਇਲਾਵਾ ਪ੍ਰਾਲੀ ਆਰਡੀਨੈਂਸ ਵਿੱਚ ਕਿਸਾਨਾਂ ਤੇ ਜੁਰਮਾਨੇ ਦਾ ਮੁੱਦਾ ਤੇ ਬਿਜਲੀ ਸੋਧ ਆਰਡੀਨੈਂਸ ਨੂੰ ਵਾਪਸ ਲੈਣ ਤੇ ਵੀ ਗੱਲਬਾਤ ਏਜੰਡੇ ਵਿੱਚ ਸ਼ਾਮਲ ਕੀਤੀ ਗਈ ਹੈ ਕਿਸਾਨਾ ਵੱਲੋਂ ਕਿਹਾ ਗਿਆ ਕਿ ਪ੍ਰਸੰਗਿਕ ਤੇ ਤਰਖਪੂਰਨ ਹੱਲ ਲਈ ਜ਼ਰੂਰੀ ਹੈ ਕਿ ਸਾਡੀ ਗੱਲਬਾਤ ਇਸੇ ਏਜੰਡੇ ਤੇ ਚੱਲੇ ਚਿੱਠੀ ਵਿੱਚ 30 ਦਸੰਬਰ ਨੂੰ ਗੱਲਬਾਤ ਦਾ ਸੱਦਾ ਕਬੂਲ ਕਰਨ ਦੀ ਵੀ ਗੱਲ ਆਖੀ ਗਈ ਹੈ ਯਾਨੀ ਕਿ ਹੁਣ ਕੱਲ 30 ਦਸੰਬਰ ਦੀ गलबात ती दिसंबर की बैठक काफी अहम मनी जा रही है कि कोई सहमति बन पाएगी इससे सब दिन की नजर रहेगी रमन मेरे सहयोगी लाइव बन गए रमन का रुख कर दिया रमन किसान ने एक बार मुड़ तो स्पष्ट कर दिता कि एजेंडा किसाना साफ है कि जे इ ते केंद्र सरकार गलबात तैयार है ता ही कोई सहमति बन सकती है नहीं तो समा बर्बादी ही है मीटिंग सद के बैठक सद के ਜੀ ਸਵਾਤੀ ਜੋ ਕੱਲ ਕੇਂਦਰ ਸਰਕਾਰ ਵੱਲੋਂ ਠੀਕ ਇਸ ਸਮੇਂ ਦੇ ਨੇੜੇ ਤੇੜੇ ਜਿਹੜੇ ਆ ਗਿਆ ਸੱਦਾ ਭੇਜਿਆ ਗਿਆ ਸੀ ਕਿਸਾਨਾਂ ਨੂੰ ਹੁਣ ਉਸ ਸੱਦੇ ਤੇ ਕਿਸਾਨਾਂ ਨੇ ਵੀ ਮੋਹਰ ਲਗਾ ਦਿੱਤੀ ਹੈ ਚਿੱਠੀ ਲਿਖ ਦਿੱਤੀ ਹੈ ਕਿਸਾਨ ਜਥੇਬੰਦੀਆਂ ਜਿਸ ਦੇ ਵਿੱਚ ਸਾਫ ਤੌਰ ਤੇ ਲਿਖਿਆ ਗਿਆ ਹੈ ਕਿ ਸਾਡਾ 4 ਸੂਤਰੀ ਜਿਹੜਾ ਪ੍ਰੋਗਰਾਮ ਹੋ ਗਿਆ ਪਹਿਲਾਂ ਤੁਸੀਂ ਤਿੰਨੇ ਕਾਨੂੰਨ ਰੱਦ ਕਰੋ ਇਸ ਤੋਂ ਬਾਅਦ ਐਮਐਸਪੀ ਤੇ ਕਾਨੂੰਨੀ ਗਰੰਟੀ ਦਿਓ ਉਸ ਤੋਂ ਬਾਅਦ ਜਿਹੜਾ ਹੈਗਾ ਬਿਜਲੀ ਸੰਸ਼ੋਧਨ ਬਿੱਲ ਜਿਹੜਾ ਤੁਸੀਂ ਆਰਡੀਨੈਂਸ ਲੈ ਕੇ ਆ ਰਹੇ ਹੋ ਉਸ ਨੂੰ ਵਾਪਸ ਲਾਓ ਤੇ ਨਾਲ ਦੀ ਨਾਲ ਜਿਹੜੀ ਪਰਾਲੀ ਸਾੜਨ ਤੇ ਜੋ ਤੁਸੀਂ ਮੋਟੀਆਂ ਸ਼ਰਤਾਂ ਲਗਾਈਆਂ ਨੇ ਕਰੋੜਾਂ ਰੁਪਏ ਜੁਰਮਾਨਾ 5 ਸਾਲ ਦੀ ਕੈਦ ਉਸ ਨੂੰ ਵਾਪਸ ਲਿਆ ਜਾਵੇ ਇਹ 4 ਸੂਤਰੀ ਜਿਹੜਾ ਪ੍ਰੋਗਰਾਮ ਕਿਸਾਨਾਂ ਵੱਲੋਂ ਹੁਣ ਸਰਕਾਰ ਨੂੰ ਭੇਜਿਆ ਗਿਆ ਹੈ ਜਾਹਰ ਤੌਰ ਤੇ ਸਾਫ ਹੋ ਜੋ ਕਿ ਹੁਣ ਜਿਹੜੇ ਕਿਸਾਨ ਵੀ ਆਪਣਾ ਪ੍ਰੋ ਗ੍ਰਾਮ ਭੇਜਿਆ ਜਿਹੜਾ ਭੇਜਿਆ ਇਸ ਤੇ ਹੀ ਕਾਇਮ ਰਹਿਣਗੇ ਨਾਲ ਦੀ ਨਾਲ ਜੋ ਸਰਕਾਰ ਕਿਤੇ ਨਾ ਕਿਤੇ ਕਹਿ ਰਹੀ ਸੀ ਕਿ ਸੰਜਾਵੇ ਸਿਖਾਵੇ ਮਾਹੌਲ ਵਿੱਚ ਗੱਲਬਾਤ ਹੋਵੇ ਸੀ ਗੱਲਬਾਤ ਕਰਨ ਲਈ ਤਿਆਰ ਜੋ ਉਹਨਾਂ ਨੇ ਗੱਲਾਂ ਲਿਖਿਆ ਸੀ ਉਹਨਾਂ ਨੂੰ ਥੋੜਾ ਹਟਕੇ ਹੁਣ ਆਪਣਾ ਜਿਹੜੀ ਕੱਲ ਨੂੰ ਗੱਲਬਾਤ ਕਰਨ ਜਾਣਗੇ ਤਾਂ ਜੋ ਸਰਕਾਰ ਕੋਲ ਪਹਿਲਾਂ ਏਜੰਡਾ ਹੋਵੇ ਸਾਡਾ ਵੀ ਏਜੰਡਾ ਜਿਹੜਾ ਤੈਅ ਹੋਵੇ ਸਰਕਾਰ ਦੀ ਗੱਲਾਂ ਵੀ ਤੈਅ ਹੋਣ ਸਾਡੀ ਉਸੇ ਏਜੰਡੇ ਤੇ ਗੱਲ ਹੋਵੇ ਇੱਧਰ ਉੱਧਰ ਦੀਆਂ ਗੱਲਾਂ ਨਾ ਹੋ ਕੇ ਸਿੱਧਾ ਫੋਕਸ ਜਿਹੜਾ ਹੈਗਾ ਤਿੰਨੇ ਆ ਕਾਨੂੰਨਾਂ ਤੇ ਹੋਵੇ ਖੇਤੀਬਾੜੀ ਜਿਹੜੇ ਕਾਨੂੰਨ ਬਣੇ ਉਹਨਾਂ ਰੱਦ ਕਰਾਉਣ ਤੇ ਹੋਵੇ ਤਾਂ ਜੋ ਜਿਹੜਾ ਸਮਾਜ ਜਿਹੜਾ ਕਿ ਸਮੇਂ ਦੀ ਬਰਬਾਦੀ ਵੀ ਨਾ ਹੋਵੇ ਔਰ ਅਸੀਂ ਜਾਣ ਸਰ ਸਰਕਾਰ ਦੇ ਸਾਹਮਣੇ ਗੱਲ ਰੱਖ ਸਕੀਏ ਇਹ ਤਮਾਮ ਜਿਹੜੀਆਂ ਗੱਲਾਂ ਹੈਗੀਆਂ ਉਹ ਚਿੱਠੀ ਦੇ ਵਿੱਚ ਉਹਨਾਂ ਲਿਖ ਦਿੱਤੀਆਂ ਗਈਆਂ ਨੇ ਬਿਲਕੁਲ ਰਮਨ ਇਹ ਨਾ तमाम ਗੱਲਾਂ ਦਾ ਕਿਸਾਨਾਂ ਵੱਲੋਂ ਜ਼ਿਕਰ ਕੀਤਾ ਗਿਆ ਫਿਲਹਾਲ ਹੁਣ ਅੱਗੇ ਕੀ ਤਿਆਰੀ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਕਿਉਂਕਿ ਟਰੈਕਟਰ ਮਾਰਚ ਵੀ ਹੋ 31 ਦਸੰਬਰ ਅਨੁਰੱਖਿਆ ਕੀਤਾ ਹੈ ਤੇ ਹੁਣ ਕਿਸਾਨ ਕੋਈ ਉਮੀਦ ਸਰਕਾਰ ਤੋਂ ਰੱਖ ਰਹੇ ਨੇ ਕਿ ਕੱਲ ਕੋਈ ਸਹਿਮਤੀ ਬਣ ਪਾਵੇਗੀ ਗੱਲਾਂ ਦਾ ਜਦ ਜ਼ਿਕਰ ਕੀਤਾ ਜਾਵੇਗਾ ਕਿਸਾਨਾਂ ਵੱਲੋਂ ਸਰਕਾਰ ਸਹਿਮਤੀ ਜੇ ਆਪਾਂ ਗੱਲ ਕਰਕੇ ਕੇਂਦਰ ਵੱਲੋਂ ਭੇਜੇ ਗਏ ਸੱਦੇ ਦੀ ਇਸ ਤੋਂ ਬਾਅਦ ਕਿ ਇਹਨਾਂ ਕਿਸਾਨਾਂ ਵੱਲੋਂ ਭੇਜੇ ਗਏ ਸੱਦੇ ਦੀ ਯਾਹਰ ਤੌਰ ਤੇ ਇੱਕ ਗੱਲ ਜਰੂਰ ਕਲੀਅਰ ਹੋ ਚੁੱਕੀ ਐ ਇਸ ਦੇ ਵਿੱਚ ਕਿਸਾਨ ਵੀ ਹੁਣ ਪਿੱਛੇ ਮੁੜਨ ਵਾਲੇ ਨਹੀਂ ਤੇ ਨਾਲ ਦੀ ਨਾਲ ਸਰਕਾਰ ਨੂੰ ਵੀ ਦੋ ਟੁਕ ਜਵਾਬ ਦੇ ਚੁੱਕੇ ਨੇ ਸਾਡੀਆਂ ਗੱਲਾਂ ਇਸ ਪੈਰੋਕਟ ਦੇ ਵਿੱਚ ਹੀ ਹੋਣੀਆਂ ਇਹਨਾਂ ਜਿਹੜੇ ਅਸੀਂ ਭੇਜੇ ਨੇ ਚਾਰ ਸੂਤਰੀ ਪ੍ਰੋਗਰਾਮ ਇੱਥੇ ਹੋਣੀਆਂ ਜੇਕਰ ਕਿਸਾਨਾਂ ਦੇ ਪ੍ਰੋਗਰਾਮ ਦੀ ਗੱਲ ਕਰੀਏ ਤਾਂ ਕਿਸਾਨਾਂ ਵੱਲੋਂ ਆਲਰੇਡੀ ਜਿਹੜੇ ਅੱਗੇ ਵੱਡੇ ਪ੍ਰੋਗਰਾਮ ਐਲਾਨੇ ਗਏ ਨੇ ਜਿਸ ਦਾ 30 ਤਰੀਕ ਦਾ ਜਿਹੜਾ ਕੱਲ ਦਾ ਪ੍ਰੋਗਰਾਮ ਸੀਗਾ ਕੇ ਐਮਪੀ ਬਾਰਡਰ ਨੂੰ ਜਿਹੜਾ ਹੈਗਾ ਉਹ ਕਰਨਾ ਬੰਦ ਕਰਨਾ ਸੀ ਬਲੌਕ ਕਰਨਾ ਸੀ ਟਰੈਕਟਰ ਮਾਰਚ ਕਰਨਾ ਸੀ ਟਰੈਕਟਰ ਰੋਸ ਮਾਰਚ ਵਜੋਂ ਆ ਪੂਰਾ ਜਿਹੜਾ ਚੰਡੀਗੜ੍ਹ ਦਾ ਪੂਰਾ ਦਿੱਲੀ ਦਾ ਜਿਹੜਾ ਪੂਰਾ ਹੈਗਾ ਚੱਕਰ ਲਗਾਉਣਾ ਸੀ ਉਸ ਨੂੰ ਜਿਹੜਾ ਹੈਗਾ ਕੱਲ ਦਾ ਫਿਲਹਾਲ ਰੋਕ ਦਿੱਤਾ ਗਿਆ ਹਮੋ ਪ੍ਰੋਗਰਾਮ ਪਰਸੋਂ ਹੋਣਗੇ ਪਰਸੋਂ ਸਾਡੇ ਕੇਐਮਪੀ ਬਾਰਡਰ ਜਿਹੜਾ ਉਹ ਸੀਲ ਕੀਤਾ ਜਾਊਗਾ ਪੂਰੀ ਤਰ੍ਹਾਂ ਦਿੱਲੀ ਦੇ ਪੰਜੇ ਬਾਰਡਰ ਘੇਰੇ ਜਾਣਗੇ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਕਿਸਾਨ ਸਮੂਲੀਅਤ ਕਰਨਗੇ ਨਾਲ ਦੀ ਨਾਲ ਇੱਕ ਜਿਹੜਾ ਹੋਕਾ ਦਿੱਤਾ ਗਿਆ ਕਿਸਾਨ ਜਿੱਥੇ ਬੰਨੀਆਂ ਬੰਨੀਆਂ ਲੋਕ ਕਿ ਆਓ ਸਾਡੇ ਨਾਲ ਤੁਸੀਂ ਜਿਹੜਾ ਹੈਗਾ ਨਵਾਂ ਸਾਲ ਮਨਾਓ ਤੇ ਨਵੇਂ ਸਾਲ ਅਸੀਂ ਮਨਾਏਗੇ ਇਸੇ ਸਰਕਾਰ ਨੂੰ ਨਵੇਂ ਸਾਲ ਤੇ ਟੱਕਰ ਦੇ ਗਏ ਜਣ ਦੀ ਆਵਾਜ਼ ਸੁਝਾਈ ਗਿਆ ਆਵਾਮ ਦੀ ਆਵਾਜ਼ ਦੱਸ ਗਏ ਕਿ ਆਵਾਮ ਸਾਡੇ ਨਾਲ ਹੈ ਹੁਣ ਇਹ ਜਿਹੜੀ ਇੱਕ ਜਿਹੜੀ ਲੜਾਈ ਜਿਹੜੀ ਹੈ ਗਿਆ ਆਵਾਮ ਘਰ ਘਰ ਤੱਕ ਪਹੁੰਚ ਚੁੱਕੀ ਹੈ ਇਸ ਲੜਾਈ ਦੇ ਵਿੱਚ ਹਰ ਕੋਈ ਸ਼ਰੀਕ ਹੋ ਚੁੱਕਿਆ ਹੈ ਇਸ ਤਰ੍ਹਾਂ ਦਾ ਵੱਡਾ ਸੁਨੇਹਾ ਸਰਕਾਰ ਨੂੰ ਦੇਣ ਦੀ ਤਾਕ ਵਿੱਚ ਹੁਣ ਕਿਸਾਨ ਜਿੱਥੇ ਬੰਦੀਆਂ ਨੇ ਬਿਲਕੁਲ ਤਾਂ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ ਤੇ ਕਿਸਾਨਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਜਦੋਂ ਤੱਕ ਉਹ ਉਹਨਾਂ ਦੀ ਹੱਕੀ ਮੰਗਾਂ ਤੇ ਸਰਕਾਰ ਕੋਰਡ ਨਹੀਂ ਕਰਦੀ ਕਾਨੂੰਨ ਰੱਦ ਨਹੀਂ ਕਰਦੀ ਉਹ ਪਿੱਛੇ ਨਹੀਂ ਹਟਣਗੇ ਸ ਵਿੱਚ ਕਰ ਅਨਾ ਹਜ਼ਾਰ ਾਰੇ ਦਾ ਜੋ ਅੱਜ ਬਿਆਨ ਸਾਹਮਣੇ ਆਇਆ ਕਿ ਉਹ ਵੀ ਅੰਸ਼ੰਤੇ ਚਾਂ ਦੇਪੂ ਹੜਤਾਲ ਕਰਨਗੇ ਕੇਂਦਰ ਸਰਕਾਰ ਨੂੰ ਇੱਕ ਚਿੱਠੀ ਵੀ ਲਿਖੀ ਹੈ ਤੇ ਸਪਸ਼ਟ ਕੀਤਾ ਹੈ ਕਿ ਜੇ ਉਹਨਾਂ ਦੀ ਮੰਗ ਤੇ ਸਰਕਾਰ ਗੌਰ ਕਰਦੀ ਹੈ ਕਿਸਾਨ ਦੇ ਹੱਕ ਵਿੱਚ ਕੋਈ ਹੰਗਾਰਾ ਪੜਤੀ ਹੈ ਤਾਂ ਉਹ ਅੰਸ਼ੰਤੇ ਨਹੀਂ ਜਾਣਗੇ ਵਰਨਾ ਉਹ ਵੀ 2021 ਵਿੱਚ ਅੰਸ਼ੰਤੇ ਬੈਠਣਗੇ ਕਿਸਾਨ ਇਸ ਨੂੰ ਕਿਸ ਤਰ੍ਹਾਂ ਦੇ ਨਾਲ ਦੇਖ ਰਹੇ ਨੇ ਜਿਸ ਵਤੀ ਜੋ ਕੱਲ ਜਦੋਂ ਚਿੱਠੀ ਲਿਖੀ ਗਈ ਸੀ ਇੱਕ ਗੱਲ ਉਸ ਦੇ ਵਿੱਚ ਇਸ ਤੋਂ ਬਾਅਦ ਇੱਕ ਨਿੱਜੀ ਮੈਸੇਜ ਕੀਤਾ ਗਿਆ ਵੱਡੇ ਅਧਿਕਾਰੀ ਵੱਲੋਂ ਕੇਂਦਰ ਦੇ ਵੱਲੋਂ ਕੀ ਕਿਰਪਾ ਕਰੋ ਕਿ ਤੁਸੀਂ ਕਿਸਾਨਾਂ ਨੂੰ ਜਥੇਬੰਦੀਆਂ ਨੂੰ ਜੋ ਆ ਗਿਆ ਕਿਹਾ ਗਿਆ ਕਿ ਕਿਰਪਾ ਕਰੋ ਤੁਸੀਂ ਦੁਪਹਿਰ ਦਾ ਖਾਣਾ ਨਾਲ ਲੈ ਕੇ ਨਾ ਆਇਓ ਜੀ ਸਾਡੀ ਜਿਹੜੀ ਹੈਗੀ ਸਰਕਾਰ ਦੀ ਜਿਹੜੀ ਹੈਗੀ ਆ ਇੱਕ ਇੱਜ਼ਤ ਦਾ ਸਵਾਲ ਬਣ ਜਾਂਦਾ ਇੱਕ ਰੁਤਬੇ ਦਾ ਸਵਾਲ ਹੁੰਦਾ ਹੈ ਲਿਖਾ ਜਾ ਉਸ ਨੂੰ ਵੀ ਤੁਸੀਂ ਲਿਖਾ ਜਾ ਉਸ ਨੂੰ ਵੀ ਧਿਆਨ ਵਿੱਚ ਰੱਖਿਓ ਜਦੋਂ ਇਸ ਤਰ੍ਹਾਂ ਦੇ ਮੈਸੇਜ ਡਿਲੀਵਰ ਹੁੰਦੇ ਆ ਸਰਕਾਰ ਵੱਲੋਂ ਕਿਤੇ ਨਾ ਕਿਤੇ ਪਤਾ ਲੱਗਦਾ ਕਿ ਸਰਕਾਰ ਕਿੰਨੇ ਦਬਾਅ ਹੇਠ ਹੈ ਕਿੰਨੇ ਦਬਾਅ ਹੇਠ ਲੰਘ ਰਹੀ ਹੈ ਕਿਸਾਨ ਜਥੇਬੰਦੀਆਂ ਜਿਹੜੀਆਂ ਲਗਾਤਾਰ ਦਿੱਲੀ ਦੀਆਂ ਹਿੱਕ ਤੇ ਆ ਕੇ ਬੈਠੀਆਂ ਉਹਨਾਂ ਦਾ ਦਬਾਅ ਸਰਕਾਰ ਦੇ ਜਿਹੜੀਆਂ ਲਿਖਤ ਉਪਰ ਗੱਲਾਂ ਦੇ ਵਿੱਚ ਆ ਰਿਹਾ ਉਹਨਾਂ ਦੇ ਜਿਹੜੇ ਮੈਸੇਜ ਆ ਰਹੇ ਉਸ ਦੇ ਵਿੱਚੋਂ ਨਿਕਲ ਕੇ ਆ ਰਿਹਾ ਹੁਣ ਕਿਸਾਨ ਜਥੇਬੰਦੀਆਂ ਇੱਕ ਵਾਰ ਫਿਰ ਅੱਜ ਜਿਹੜੀਆਂ ਸ਼ ਆਪਣੀ ਰਣਨੀਤੀ ਲਿਖਣਗੇ ਅਗਲੇ ਪ੍ਰੋਗਰਾਮ ਜਾਰੀ ਕਰ ਸਕਦੇ ਆ ਨੇ ਫਿਲਹਾਲ ਕਿਸਾਨ ਜਥੇਬੰਦੀ ਨੇ ਇਸ ਕੱਲ ਦੀ ਬੈਠਕ ਦੀ ਉਡੀਕ ਕਰਦੇ ਨੇ ਇਸ ਤੋਂ ਬਾਅਦ ਅਗਲੇ ਪ੍ਰੋਗਰਾਮ ਜਾਰੀ ਹੋਣਗੇ ਅੱਜ ਇੱਕ ਵੱਡੀ ਮੀਟਿੰਗ ਹੋਵੇਗੀ ਮੀਟਿੰਗ ਦੇ ਵਿੱਚ ਅਗਲਾ ਪ੍ਰੋਗਰਾਮ ਸਾਂਝਾ ਕੀਤਾ ਜਾਵੇਗਾ ਕਿਹੜੇ ਕਿਹੜੇ ਅਗਲੇ ਪ੍ਰੋਗਰਾਮ ਲਿਖ ਕੇ ਜਾ ਰਹੇ ਨੇ ਹੋ ਸਕਦਾ ਹੈ ਕਿ ਰੇਲ ਰੋਕੋ ਦਾ ਜਿਹੜਾ ਪੂਰੇ ਦੇਸ਼ ਵਿੱਚ ਐਲਾਨ ਕੀਤਾ ਜਾਵੇ ਇਸ ਤਰ੍ਹਾਂ ਦੇ ਵੱਡੇ ਪ੍ਰੋਗਰਾਮ ਤਾਂ ਜੋ ਸਰਕਾਰ ਨੂੰ ਸਿੱਧੇ ਤੌਰ ਤੇ ਪ੍ਰਭਾਵਿਤ ਕੀਤਾ ਜਾ ਸਕੇ ਸਰਕਾਰ ਨੂੰ ਇਹ ਇਨਾ ਦਬਾਇਆ ਜਾ ਸਕੇ ਸਰਕਾਰ ਮਜਬੂਰ ਹੋ ਜਾਵੇ ਤਿੰਨੇ ਕਾਨੂੰਨ ਰੱਦ ਕਰਾਉਣ ਨੂੰ ਲੈ ਕੇ ਇੱਕ ਵੱਡੇ ਪ੍ਰੋਗਰਾਮ ਜਿਥੇ ਬੰਦੀਆਂ ਉਲੀਕ ਸਾਧੀਆਂ ਜਿੱਥੋਂ ਤੱਕ ਅਨੇ ਹਜ਼ਾਰਾਂ ਦੀ ਗੱਲ ਹੈ ਤਾਂ ਕਿਸਾਨ ਜਿੱਥੇ ਮੈਂ ਅਸੀਂ ਗੱਲ ਕੀਤੀ ਉਹਨਾਂ ਦਾ ਸਵਾਗਤ ਕਰਦੇ ਆ ਜੇ ਅਨੇ ਹਜ਼ਾਰੇ ਸਾਡੇ ਹੱਕ ਵਿੱਚ ਬੋਲ ਰਹੇ ਨੇ ਅਸੀਂ ਆਸ ਕਰਦੇ ਸੀ ਕਿ ਜਦੋਂ ਜੰਤਰ ਮੰਤਰ ਤੋਂ ਧਰਨਾ ਲੱਗੇ ਸੀ ਅਸਰ ਵੱਡਾ ਪਿਆ ਸੀ ਅੱਜ ਵੀ ਕਿਸਾਨਾਂ ਨਾਲ ਉਹਨਾਂ ਖੜਨ ਦੀ ਲੋੜ ਸੀ ਦੇਰ ਆਏ ਦਰਸਤ ਆਏ ਅਸੀਂ ਉਮੀਦ ਕਰਾਂਗੇ ਕਿ ਕਿਸਾਨਾਂ ਦੇ ਨਾਲ ਕਦੋਂ ਆਉਂਦੇ ਨੇ ਇਸ ਦੀ ਉਡੀਕ ਕਿਸਾਨ ਜਥੇਬੰਦੀਆਂ ਨੂੰ ਹੈਗੀ ਆ ਤਾਂ ਕਿਸਾਨ ਜਥੇਬੰਦੀਆਂ ਹੁਣ ਲਗਾਤਾਰ ਜਟੀਆਂ ਹੋਈਆਂ ਨੇ ਵੱਡੀ ਗਿਣਤੀ ਵਿੱਚ ਮਹਿਲਾਵਾਂ ਵੀ ਵੱਧ ਝਟ ਕੇ ਇਸ ਧਰਨੇ ਵਿੱਚ ਸ਼ਾਮਲ ਹੋ ਰਹੀਆਂ ਨੇ ਤੇ ਪੂਰਾ ਸਮਰਥਨ ਅਤੇ ਹਰ ਵਾਰ ਤੇ ਲੋਕਾਵਲੋਂ ਕਿਸਾਨਾਂ ਨੂੰ ਦਿੱਤਾ ਜਾ ਰਿਹਾ ਤੇ ਹੁਣ ਕੱਲ ਦੀ ਮੀਟਿੰਗ ਦਾ ਇੰਤਜ਼ਾਰ ਕੀਤਾ ਜਾ ਰਿਹਾ ਜਿਸ ਨੂੰ ਲੈ ਕੇ ਕਿਸਾਨਾਂ ਵੱਲੋਂ एजेंडा ਸਪਸ਼ਟ ਕਰ ਦਿੱਤਾ ਗਿਆ ਕਿ ਜੇ ਚਾਰ ਸੂਤਰੀ एजेंडे ਨੂੰ ਲੈ ਕੇ ਕੇਂਦਰ ਸਰਕਾਰ ਗੱਲਬਾਤ ਕਰ ਦਿੱਤਾ ਕੋਈ ਉਮੀ ਉਹਨਾਂ ਨੂੰ ਨਜ਼ਰ ਆ ਸਕਦੀ ਕੋਈ ਸਹਿਮਤੀ ਮੀਟਿੰਗ ਦੇ ਵਿੱਚ ਬਣ ਸਕਦੀ ਨਹੀਂ ਤਾਂ ਸਮੇਂ ਦੀ ਬਰਬਾਦੀ ਹੀ ਹੈ ਤੁਸੀਂ ਨਜ਼ਰ ਬਣਾ ਕੇ ਰੱਖੋ ਖਬਰ ਤੇ ਧੰਨਵਾਦ तमाम ਗੱਲਬਾਤ ਲਈ ਤਾਂ ਕੇਂਦਰ ਵੱਲੋਂ ਭੇਜੇ ਗਏ ਬੈਠਕ ਦੇ ਸੱਦੇ ਦੇ ਜਵਾਬ ਵਿੱਚ ਹੁਣ ਕਿਸਾਨ ਸਾਂਝਕ ਮੋਰਚਾ ਵੱਲੋਂ ਭੇਜਿਆ ਗਿਆ ਸਰਕਾਰ ਨੂੰ ਇੱਕ ਪੱਤਰ ਤਿੰਨ ਕੇਂਦਰੀ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਲਈ ਅਪਣਾਈ ਜਾਣ ਵਾਲੀ ਪ੍ਰਕਿਰਿਆ ਨੂੰ ਲੈ ਕੇ ਇੱਥੇ ਸਵਾਲ ਚੁੱਕੇ ਗਏ ਨੇ ਕਿ ਖੇਸਾਨੀ ਤੇ ਖੇਤੀਬਾੜੀ ਵਸਤੂ ਵਾਲੀ ਰਾਸ਼ਟਰੀ ਕਿਸਾਨ ਕਮਿਸ਼ਨ ਦੁਆਰਾ ਸੁਝਾਈ ਗਈ ਐਮਐਸਪੀ ਦੀ ਕਾਨੂੰਨੀ ਗਾਰੰਟੀ ਦੀ ਪ੍ਰਕਿਰਿਆ ਤੇ ਵਿਵਸਥਾ ਨੂੰ ਲੈ ਕੇ ਵੀ ਇੱਥੇ ਜ਼ਿਕਰ ਕਿਸਾਨਾਂ ਵੱਲੋਂ ਕੀਤਾ ਗਿਆ ਤੇ ਪੱਤਰ ਵਿੱਚ ਦੁਹਰਾਇਆ ਗਿਆ ਹੈ ਕਿ ਗੱਲਬਾਤ ਲਈ ਚਾਰ ਸੂਤਰੀ ਏਜੰਡਾ ਜ਼ਰੂਰੀ ਹੈ جس ਵਿੱਚ سب ਤੋਂ ਉੱਤੇ ਹੈ ਕਾਨੂੰਨ ਰੱਦ ਕਰਨ ਸਬੰਧੀ ਗੱਲਬਾਤ ਐਮਐਸਪੀ ਤੇ ਕਾਨੂੰਨ ਬਣਾਉਂਦਾ ਅਜੰਡਾ ਦੂਜੇ ਨੰਬਰ ਤੇ ਰੱਖਿਆ ਗਿਆ ਹੈ ਪਰਾਲੀ ਆਰਡੀਨੈਂਸ ਵਿੱਚ ਕਿਸਾਨਾਂ ਤੇ ਜੁਰਮਾਨੇ ਦਾ ਮੁੱਦਾ ਤੇ ਬਿਜਲੀ ਸੋਧ ਆਰਡੀਨੈਂਸ ਨੂੰ ਵਾਪਸ ਲੈਣ ਤੇ ਵੀ ਗੱਲਬਾਤ ਨੂੰ ਅਜੰਡੇ ਵਿੱਚ ਸ਼ਾਮਲ ਕੀਤਾ ਗਿਆ ਤੇ ਕਿਸਾਨਾਂ ਨੇ ਕਿਹਾ ਕਿ ਪ੍ਰਸੰਗਿਕ ਤੇ ਤਰਕਪੂਰਨ ਹੱਲ ਲਈ ਜ਼ਰੂਰੀ ਹੈ ਕਿ ਸਾਡੀ ਗੱਲਬਾਤ ਇਸੇ ਅਜੰਡੇ ਤੇ ਚੱਲੇ ਕਿਸਾਨਾਂ ਨੇ ਸਪਸ਼ਟ ਕਰ ਦਿੱਤਾ ਹੈ ਤੇ ਚਿੱਠੀ ਵਿੱਚ 30 ਦਸੰਬਰ ਨੂੰ ਗੱਲਬਾਤ ਦਾ ਸੱਦਾ ਕਬੂਲ ਕਰਨ ਦੀ ਵੀ ਗੱਲ ਆਖੀ ਗਈ ਤਾਂ ਕੱਲ ਹੁਣ ਦੁਪਹਿਰੇ 2 ਵਜੇ ਜੋ ਬੈਠਕ ਹੋਵੇਗੀ ਇਸ ਬੈਠਕ ਵਿੱਚ ਕੀ ਕੋਈ ਸਿੱਟਾ ਨਿਕਲਦਾ ਹੈ ਕੋਈ ਸਹਿਮਤੀ ਬਣ ਪਦੀ ਹੈ ਅੱਗੇ ਸਰਕਾਰ ਦਾ ਰੁਖ ਕੀ ਰਹੇਗਾ ਕਿਸਾਨਾਂ ਦੀ ਅੱਗੇ ਰੂਪਰੇਖਾ ਕੀ ਰਹੇਗੀ ਇਹ ਤਮਾਮ ਗੱਲਾਂ ਹੁਣ ਲਗਾਤਾਰ ਚਰਚਾ ਵਿੱਚ ਨੇ ਪਰ ਫਿਲਹਾਲ ਹੁਣ ਇੰਤਜ਼ਾਰ ਕੀਤਾ ਜਾ ਰਿਹਾ ਹੈ ਕੱਲ ਦਾ ਕੱਲ ਦੀ ਬੈਠਕ ਦਾ ਕਿ ਕੀ ਕੁਝ ਚਰਚਾ ਇਸ ਬੈਠਕ ਵਿੱਚ ਕੀਤੀ ਜਾਵੇਗੀ ਜੋ ਅਜੰਡਾ ਕਿਸਾਨਾ ਵੱਲੋਂ ਸਰਕਾਰ ਨੂੰ ਭੇਜਿਆ ਗਿਆ ਹੈ ਸਰਕਾਰ ਅੱਗੇ ਇਸ ਤੇ ਕਿਸ ਤਰ੍ਹਾਂ ਦੇ ਨਾਲ ਗੌਰ ਕਰਦੀ ਹੈ ਕੀ ਤਰਕੇ ਤੇ ਸਰਕਾਰ ਵੱਲੋਂ ਰੱਖਿਆ ਜਾਵੇਗਾ ਤੇ ਸਰਕਾਰ ਵੱਲੋਂ ਜੋ ਗੱਲਬਾਤ ਕੀਤੀ ਜਾਵੇਗੀ ਉਸ ਤੋਂ ਬਾਅਦ ਕਿਸਾਨਾਂ ਦੀ ਅਗਲੀ ਰੂਪਰੇਖਾ ਸਟਰੈਟੇਜੀ ਕੀ ਰਹੇਗੀ ਇਹ तमाम ਗੱਲਾਂ ਲਗਾਤਾਰ ਹੁਣ ਚਰਚਾ ਵਿੱਚ ਨੇ ਤੇ ਨਾ तमाम ਗੱਲਾਂ ਲਈ ਕੱਲ ਤਾਂ ਇੰਤਜ਼ਾਰ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਕੱਲ ਇਹ ਬੈਠਕ ਦੁਪਹਿਰ 2 ਵਜੇ ਸੱਦੀ ਗਈ ਹੈ ਦਿੱਲੀ ਦੇ ਵਿਗਿਆਨ ਪਵਨ ਵਿਕੇ ਕਾਲੇ ਬੈਠਕ ਹੋਵੇਗੀ ਤੇ 31 ਦਸੰਬਰ ਨੂੰ ਟਰੈਕਟਰ ਮਾਰਚ ਵੀ ਕੱਢਿਆ ਜਾਵੇਗਾ ਜੋ ਪਹਿਲਾਂ 30 ਦਸੰਬਰ ਨੂੰ ਕੱਢਿਆ ਜਾਣਾ ਸੀ ਪਰ ਹੁਣ ਕੱਲ ਇਹ ਬੈਠਕ ਕੇਂਦਰ ਸਰਕਾਰ ਦੇ ਨਾਲ ਹੈ ਕਿਸਾਨਾਂ ਦੀ ਇਸ ਨੂੰ ਲੈ ਕੇ ਹੁਣ 31 ਦਸੰਬਰ ਨੂੰ ਟਰੈਕਟਰ ਮਾਰਚ ਕੱਢਿਆ ਜਾਵੇਗਾ ਕੇਐਮਪੀ ਹਾਈਵੇ ਜਾਮ ਕੀਤਾ ਜਾਵੇਗਾ